ਕਰਤਾ ਇਹ ਆਉਂਦੀ ਏਟ ਹੈ ਜਾਂ ਉਹ ਪੱਗ ਤੁਹਾਡੀ ਬੋਲ ਨਾ, ਪੱਗਾਂ ਘੱਟ ਹੁੰਦੀਆਂ, ਬੋਲ ਨਾ, ਪੱਗਾਂ ਘੱਟ ਤਾਂ ਚੱਕ ਲੈ ਨਾ, ਤਾਂ ਚੱਕ ਲੈ ਹੁਣ ਨਹੀਂ ਵੀਰੇ ਮੈਂ ਦੱਸਣਾ, ਥੋੜ੍ਹਾ ਪਿੱਛੇ ਹੋਇਆ, ਥੋੜ੍ਹਾ ਪਿੱਛੇ ਹੋਇਆ, ਥੋੜ੍ਹਾ ਦੋ ਸਟੈਪ ਹੋਰ ਬਸ। ਹਾਂ ਠੀਕ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕਹਿੰਦੇ ਦਰਸ਼ਕ, ਅੱਜ ਅਸੀਂ ਇੱਕ ਇੱਥੇ ਆਨੰਦ ਕਾਰਜ ਦੀ ਰਸਮ 'ਤੇ ਆਏ ਹਾਂ, ਅਤੇ ਮੈਂ ਬਹੁਤ ਚਿਰਾਂ ਦਾ ਭਾਈ ਮੋਹਨ ਸਿੰਘ ਹੁਣਾਂ ਨਾਲ ਟਾਈਮ ਬਣਾਉਂਦਾ ਸੀਗਾ ਕਿ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਕਿਉਂਕਿ ਇਹ ਸਮਾਜ ਦਾ ਬਹੁਤ ਸਾਂਝਾ ਕੰਮ, ਇਕੱਲਾ ਮਤਲਬ ਸਿੱਖਾਂ ਦੇ ਨਹੀਂ, ਸਾਰੇ ਹੀ ਲੋਕਾਂ ਦੇ, ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਵੀ ਹੋਵੇ, ਉਹਨਾਂ ਲਈ ਇੱਕ ਅਵੇਅਰਨੈਸ ਲਿਆਉਂਦੇ ਆ, ਜਿਹਦਾ ਇਹਨਾਂ ਦੀ ਸੰਸਥਾ ਦਾ ਨਾਂ ਹੈਗਾ ਸਿੱਖ ਅਵੇਅਰਨੈਸ ਸੁਸਾਇਟੀ। ਸੋ ਸਭ ਤੋਂ ਪਹਿਲਾਂ ਜੀ ਆਇਆ ਕਰਦੇ ਭਾਈ ਮੋਹਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ, ਸਿੱਖ ਅਵੇਅਰਨੈਸ ਸੁਸਾਇਟੀ ਕੀ ਆ? ਮੇਰਾ ਇਹ ਪਹਿਲੋਂ 97 ਦੇ ਜਦੋਂ ਆਰੰਭ ਹੋਈ ਸੀਗੀ, ਉਦੋਂ ਆਪਾਂ ਨੂੰ UK ਵਿੱਚ ਬਹੁਤ ਵੱਡੀ ਪ੍ਰੋਬਲਮ ਸੀ, ਜਿੱਥੇ ਆਪਣੇ ਬੱਚੀਆਂ ਸਕੂਲਾਂ ਬਾਅਦ ਅਟੈਕ ਹੋ ਰਹੀਆਂ ਸੀਗੀਆਂ, ਅਤੇ ਉਦੋਂ ਦੇਖਿਆ ਸੀ ਅਸੀਂ ਕੋਈ ਵੀ ਜਥੇਬੰਦੀ ਜਿਹੜੀ ਹੈਗੀ ਸੀ ਇਸ ਚੀਜ਼ ਨੂੰ ਟੈਕਲ ਨਹੀਂ ਸੀ ਕਰ ਰਹੀ, ਅਤੇ ਨਾ ਹੀ ਬਾਹਲਾ ਲੋਕ ਇੱਧਰ ਧਿਆਨ ਦੇ ਰਹੇ ਸੀ। ਫਿਰ ਅਸੀਂ ਉਹ ਸਿੱਖ ਤਾਂ ਆਪਾਂ ਹੈਗੇ ਹਾਂ, ਅਤੇ ਅਵੇਅਰਨੈਸ ਅਸੀਂ ਕਿਹਾ ਵੀ ਇੱਕ ਉਸ ਇਸ ਸਬਜੈਕਟ ਦੀ ਅਵੇਅਰਨੈਸ ਦੇਈਏ, ਉਹ ਫਿਰ 5 ਜਾਣਿਆਂ ਨੇ ਇਕੱਠਿਆਂ ਨੇ ਬਣਾ ਕੇ ਸੁਸਾਇਟੀ ਬਣਾ ਕੇ, ਅਤੇ ਅਸੀਂ ਉਹ ਅਵੇਅਰਨੈਸ ਇਸ ਸਬਜੈਕਟ ਦੇ ਉੱਤੇ ਕ੍ਰੀਏਟ ਕੀਤੀ ਸੀਗੀ ਕਿ ਪਹਿਲਾਂ ਆਪਣੇ ਬਰਮਿੰਗਮ ਤੋਂ ਲੱਗ ਕੇ ਫਿਰ ਆਪਾਂ ਗਾਂ ਗਾਂ ਦੀ ਗਾਂ ਸਾਰਾ UK ਕਵਰ ਕੀਤਾ, ਅਤੇ ਫਿਰ ਹੌਲੀ ਹੌਲੀ ਹੁਣ ਅਮਰੀਕਾ ਕੈਨੇਡਾ ਸਾਰੇ ਪਾਸੇ। ਗੁਰਦੁਆਰਿਆਂ 'ਚ ਜਾਂਦੇ ਹਾਂ, ਕੀ ਕਰਦੇ ਹਾਂ? ਨਹੀਂ, ਇਕੱਲੇ ਇਕੱਲੇ ਗੁਰਦੁਆਰਿਆਂ ਵਿੱਚ ਨਹੀਂ, ਆਪਾਂ ਪਿਛਲੇ 2 ਸਾਲਾਂ ਵਿੱਚ ਕੋਈ 40 ਕੁ ਮੰਦਰ ਕੀਤੇ ਆ। ਅੱਛਾ। ਅਤੇ 5 ਬੁੱਧਿਸਟ ਜਿਹੜੇ ਟੈਂਪਲ ਆ, ਹਾਂਜੀ, ਜੈਨੀ ਟੈਂਪਲ ਵੀ ਕੀਤੇ ਆ, ਚਰਚਾਂ ਵਿੱਚ ਵੀ ਜਾਂਦੇ, ਸਕੂਲਾਂ ਵਿੱਚ ਵੀ ਜਾਂਦੇ ਹਾਂ, ਅਤੇ ਆਪਣੀ ਯੂਨੀਵਰਸਿਟੀਆਂ ਵਿੱਚ ਵੀ ਜਾਂਦੇ, ਕਾਲਜਾਂ ਵਿੱਚ ਵੀ ਜਾਂਦੇ ਹਾਂ। ਸੋ ਹਰ ਤਕਰੀਬਨ ਬੁੱਧਵਾਰ, ਟਿਊਜ਼ਡੇ, ਬੁੱਧਵਾਰ ਨੂੰ ਅਸੀਂ ਯੂਨੀਵਰਸਿਟੀਆਂ ਵਿੱਚ ਹੁੰਦੇ ਹਾਂ, ਹੁਣ ਤਾਂ ਯੂਨੀਵਰਸਿਟੀਆਂ ਬੰਦ ਆ ਪਰ ਸਪਟੈਂਬਰ ਦੇ ਚਲੋ ਖੁੱਲ੍ਹ ਜਾਣੀਆਂ, ਅਤੇ ਐਤਵਾਰ ਨੂੰ, ਐਤਵਾਰ ਵਾਲੇ ਦਿਨ ਅਸੀਂ ਹੁੰਦੇ ਹਾਂ ਜ਼ਿਆਦਾ ਗੁਰਦੁਆਰਿਆਂ ਵਿੱਚ। ਠੀਕ ਹੈ। ਅਤੇ ਉਹ ਸਿਰਫ ਅਤੇ ਸਿਰਫ ਹੁਣ ਇਕੱਲਾ ਅਵੇਅਰਨੈਸ ਹੀ, ਅਸੀਂ ਐਜੂਕੇਸ਼ਨ ਵੀ ਦੇ ਰਹੇ ਹਾਂ। ਆਪਾਂ ਇੱਕ ਕੋਰਸ ਡਿਵੈਲਪ ਕੀਤਾ ਉਹ ਮਾਪਿਆਂ ਲਈ, 10 ਹਫ਼ਤਿਆਂ ਦਾ ਕੋਰਸ ਆ, ਅਤੇ ਕੋਰਸ ਦਾ ਨਾਂ ਵੀ ਹੈਗਾ ਸੁਖੀ ਬੱਸੇ ਮੋਰੋ ਪਰਿਵਾਰ ਆ। ਉਹਦੇ ਵਿੱਚ 10 ਹਫ਼ਤਿਆਂ ਵਿੱਚ ਘੰਟੇ ਘੰਟੇ ਦਾ ਸੈਸ਼ਨ ਆ, ਜਿਹਦੇ ਵਿੱਚ ਮਾਪਿਆਂ ਨੂੰ ਹਰ ਤਰੀਕੇ ਦੱਸੇ ਜਾਣਗੇ ਕਿ ਕਿਵੇਂ ਸਾਡੇ ਇਹ ਬੱਚੇ ਬੱਚੀਆਂ ਨੂੰ ਇਹ ਗਰੂਮ ਕਰਦੇ ਆ। ਜਦੋਂ ਤੋਂ ਇਹ ਸੰਸਥਾ ਆਈ ਆ, ਹਾਂਜੀ, ਅਤੇ ਜਿਹੜਾ ਲੜਕੀਆਂ ਦੇ ਤੁਸੀਂ ਕੇਸ ਲੈਂਦੇ ਆ ਵੀ ਉਹਨਾਂ ਨੂੰ ਗਰੂਮਿੰਗ ਕੀਤੀ ਜਾਂਦੀ ਆ, ਹੋਰ ਵੀ ਬਹੁਤ ਕਿਹੜੇ ਕਿਹੜੀਆਂ ਚੀਜ਼ਾਂ ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਆ, ਖਾਸ ਤੌਰ 'ਤੇ ਬੱਚਿਆਂ ਨੂੰ? ਦੇਖੋ, ਇਹ ਮੈਂ ਕਹਿੰਦਾ ਹੁੰਦਾ ਇੱਕ ਆਪਾਂ ਉਹਨੂੰ ਇੰਗਲਿਸ਼ ਦੇ ਵਿੱਚ ਲਰਸ ਕਹਿੰਦੇ ਹਾਂ, ਲਰ ਹੁੰਦੀ ਕਿ ਲਾਲਚ। ਉਹ 27 ਲਾਲਚਾਂ ਆ ਜਿਹੜੀਆਂ ਅਸੀਂ ਕੋਰਸ ਦੇ ਵਿੱਚ ਕਵਰ ਕਰਦੇ ਹਾਂ। ਪਰ ਮੈਂ ਇਹ ਕਹਿੰਦਾ ਕਿ ਜਿਹੜਾ ਵੀ ਹਰ ਕੋਈ ਮਾਪਾ ਜਿਹੜਾ ਇਸ ਵੇਲੇ ਇਹ ਆਹ ਪ੍ਰੋਗਰਾਮ ਸਰਵਨ ਕਰ ਰਿਹਾ, ਦੇਖ ਰਿਹਾ ਆ, ਜੇ 3 ਚੀਜ਼ਾਂ ਆਪਣੇ ਬੱਚੇ ਨੂੰ ਦੇ ਦੇਣ, ਹੈ ਨਾ, 3 ਆਈਡੀਆ ਤੋਂ, ਅਟੈਂਸ਼ਨ, ਅਫੈਕਸ਼ਨ ਅਤੇ ਐਪਰੀਸ਼ੀਏਸ਼ਨ, ਇਹ 3 ਚੀਜ਼ਾਂ ਤੁਸੀਂ ਆਪਣੇ ਬੱਚੇ ਨੂੰ ਦੇ ਦਿਓ ਅਤੇ ਬੱਚਾ ਕਿਤੇ ਨਹੀਂ ਜਾਂਦਾ। ਕਿਉਂਕਿ ਇਹ 3 ਚੀਜ਼ਾਂ ਸਿੱਖ ਬਣਨ ਤੋਂ ਪਹਿਲਾਂ, ਮੁਸਲਮਾਨ ਬਣਨ ਤੋਂ ਪਹਿਲਾਂ ਜਾਂ ਹਿੰਦੂ ਬਣਨ ਤੋਂ ਪਹਿਲਾਂ ਆਪਾਂ ਹਿਊਮਨ ਬੀਇੰਗ ਆ, ਅਤੇ ਇਹ ਇੱਕ ਸਾਈਕੋਲੋਜੀ ਸਾਰੇ ਹਿਊਮਨ ਬੀਇੰਗ ਦੀ ਨੀਡ ਆ। ਹਰ ਬੰਦੇ ਨੂੰ ਨੀਡਸ ਟੂ ਫੀਲ ਅਫੈਕਸ਼ਨਟ, ਨੀਡਸ ਟੂ ਫੀਲ ਦੈਟ ਲਵ, ਨੀਡਸ ਟੂ ਫੀਲ ਅਪਰੀਸ਼ੀਏਟਡ। ਅਤੇ ਜਦੋਂ ਆਪਾਂ ਇਹ ਨਹੀਂ ਦਿੰਦੇ, ਇਹਨਾਂ 3 ਵਿੱਚੋਂ 1 ਵੀ ਘੱਟ ਗਈ, ਤਾਂ ਬੱਚੇ ਨੇ ਬਾਹਰ ਦੇਖਣਾ ਇਸ ਚੀਜ਼ ਲਈ। ਇਹ ਜਿੱਦਾਂ ਹੁਣ ਮੈਂ ਵੀ, ਆਪਾਂ ਪਹਿਲਾਂ ਤੁਹਾਡੇ ਪ੍ਰੋਗਰਾਮਾਂ 'ਚ ਜਾਂਦੇ ਹਾਂ, ਹਾਂਜੀ ਹਾਂਜੀ, ਇਹ ਤੁਸੀਂ ਇੱਕ ਜਿੱਦਾਂ ਲਾ ਕੇ ਸਕਰੀਨ ਲਾ ਕੇ ਸਾਰਾ ਸਮਝਾਉਂਦੇ ਹੁੰਦੇ ਸੀ ਜੀ, ਅਤੇ ਕਈ ਵਾਰੀ ਇੱਦਾਂ ਦੇਖਿਆ ਵੀ ਜਿੱਦਾਂ ਆਪਾਂ, ਚਲੋ ਭਾਵੇਂ ਤੁਸੀਂ ਸਰਬੱਤ ਦਾ ਭਲਾ ਸਾਰਿਆਂ ਲਈ ਕਰਦੇ ਹਾਂ, ਹਾਂਜੀ, ਪਰ ਇਹਦੇ 'ਚ
ਇੱਕ ਨਸਲ ਦੇ ਜਾਂ ਇੱਕ ਫਿਰਕੇ ਦੇ ਲੋਕ ਹੀ ਇਹ ਜ਼ਿਆਦਾ ਬੱਚਿਆਂ 'ਤੇ ਅਟੈਕ ਕਿਉਂ ਕਰਦੇ ਆ? ਜਿਹੜੇ ਜਿਹੜੇ ਭਾਅ ਜੀ ਦੋ 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 ਤਰੀਕੇ ਦੇ ਅਟੈਕ ਹੋ ਰਹੇ ਆ। ਜੇ ਉਹਨੂੰ ਆਪਾਂ ਗਰੂਮਿੰਗ ਸਟੇਜ 1 ਕਹਿ ਦਈਏ ਅਤੇ ਗਰੂਮਿੰਗ 2 ਕਹਿ ਦਈਏ। ਜਿਹੜੀ 1 ਆ, 1 ਹੈਗੀ ਆ ਜਿੱਦਾਂ 1-to-1 ਕੋਈ ਬੰਦਾ ਕਰਦਾ, ਠੀਕ ਹੈ, ਉਹ ਇਸ ਮੁਲਕ ਵਿੱਚ ਰਹਿੰਦੇ ਆ, 90% ਗੋਰਿਆਂ ਦਾ ਮੁਲਕ ਆ ਅਤੇ ਜ਼ਿਆਦਾ ਗੋਰਿਆਂ ਵਿੱਚੋਂ ਇਹ ਬਿਮਾਰੀ ਆ ਰਹੀ ਆ, ਠੀਕ ਹੈ ਨਾ। ਜਿਹੜੀ ਸਟੇਜ 2 ਆ ਜਿੱਥੇ ਗਰੁੱਪ ਇੱਕ ਬੰਦਾ ਨਾਲ ਰਲ ਕੇ ਗਰੁੱਪਾਂ ਵਿੱਚ ਕੁੜੀਆਂ ਨੂੰ ਖਰਾਬ ਕਰਦੇ ਆ, ਫਿਰ ਉਹਨਾਂ ਦੀ ਵੇਚਦੇ ਆ, ਫਿਰ ਉਹਨਾਂ ਨੂੰ ਪ੍ਰੋਸਟੀਟਿਊਸ਼ਨ ਦੇ ਚਲਾਉਂਦੇ ਆ, ਉਹ ਸਿਰਫ ਅਤੇ ਸਿਰਫ 80-92% ਹਨ ਇਹ ਆ ਰਹੇ ਆ ਇੱਕ ਮੁਸਲਮਾਨ ਕਮਿਊਨਿਟੀ ਤੋਂ, ਅਫਗਾਨੀ, ਬੰਗਲਾਦੇਸ਼ੀ, ਪਾਕਿਸਤਾਨੀ। ਤੁਸੀਂ ਸ਼ਹਿਰ ਬਾਈ ਸ਼ਹਿਰ ਦੇਖ ਲਓ, ਨਿਊਕਾਸਲ ਤੋਂ ਸਕੋਟਲੈਂਡ ਤੋਂ ਲੱਗ ਕੇ ਸਾਊਥ ਤੱਕ ਕੋਈ ਸ਼ਹਿਰ ਇੱਦਾਂ ਦਾ ਨਹੀਂ ਜਿਹੜਾ ਨਹੀਂ ਬਚਿਆ ਆ। ਆ ਹੁਣ ਵੀ 31 ਬੰਦੇ 31 ਬੰਦੇ ਯੋਕਸ਼ਰ ਦੇ ਵਿੱਚ ਟਰਾਇਲ ਦੇ ਵਿੱਚ ਆ ਹਡਸਫੀਲਡ ਤੋਂ, ਅਤੇ ਪਿਛਲੇ ਸਾਲ 27 ਬੰਦੇ ਫੜ ਹੋਏ ਆ ਉਸ ਹਡਸਫੀਲਡ ਤੋਂ। ਅਤੇ ਜੇ ਆਪਾਂ ਉਹਨਾਂ ਦੇ ਨਾਂ ਦੇਖਦੇ ਹਾਂ, ਸਾਰੇ ਉਹ ਇਹ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ। ਸੋ ਇਹ ਇੱਕ ਪੈਟਰਨ ਜਿਹੜਾ ਆ ਇਹ ਕਾਫੀ ਐਵੀਡੈਂਟ ਆ। ਬਾਕੀ ਜਿਹੜੇ ਇਹ ਨਹੀਂ ਮੈਂ ਕਹਿ ਰਿਹਾ ਕਿ ਆਪਣੇ ਬੰਦੇ ਨਹੀਂ ਕਰਦੇ, ਆਪਣੇ ਬੰਦੇ ਵੀ ਕਰਦੇ ਆ, ਠੀਕ ਹੈ, ਪਰ ਉਹ ਕਰਨਗੇ। ਜਿੱਦਾਂ ਮੈਂ ਕਿਸੇ ਨੂੰ ਗਰੂਮ ਕੀਤਾ, ਮੈਂ ਆਪਣੇ ਫਾਇਦੇ ਲਈ ਕਰਨਾ, ਮੈਂ ਆਪਣੇ ਵਿੱਚੋਂ ਉਹਦੇ ਸਵਾਦ ਲੈਣੇ ਆ। ਇਹ ਜਿਹੜੇ ਗਰੁੱਪਾਂ ਵਾਲੇ ਆ, ਮੈਂ ਆਪਣੇ ਵੀ ਸਵਾਦ ਲੈਣੇ, ਮੈਂ ਗਾਂਹ ਕਿਸੇ ਨੂੰ ਵੀ ਦੇਣਾ, ਫਿਰ ਬੱਚੀ ਨੂੰ ਵੇਚਣਾ ਵੀ, ਉਹਦੇ 'ਚੋਂ ਪੈਸੇ ਵੀ ਲੈਣੇ ਆ ਉਹਦੇ। ਇਹ ਸਾਰਾ ਇਹ ਬਿਜ਼ਨਸ, ਇਹ ਡਰੱਗਸ ਅਤੇ ਇਹ ਐਕਸਪਲੋਇਟੇਸ਼ਨ, ਇਹ ਇਕੱਠੇ ਜੁਆਇੰਡ ਆ। ਅਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਜਿਹੜੇ ਕਮਿਊਨਿਟੀ ਦੇ ਜ਼ਿਆਦਾ ਲੋਕ ਆ ਇਹ ਗੱਲਾਂ ਕਰਦੇ ਆ, ਹਾਂਜੀ, ਪਹਿਲਾਂ ਇੱਥੋਂ ਦੀ ਗੌਰਮੈਂਟ ਜਿਹੜੀ ਆ ਆਪਣਾ ਬ੍ਰਿਟੇਨ ਦੀ ਗੱਲ ਕਰਦੇ ਹਾਂ, ਹਾਂਜੀ, ਪਹਿਲਾਂ ਤੁਹਾਡਾ ਸਹਿਯੋਗ ਨਹੀਂ ਸੀ ਕਰਦੀ, ਪੁਲਿਸ ਨਹੀਂ ਸੀ ਕਰਦੀ, ਹਾਂਜੀ, ਹੁਣ ਕਿੱਦਾਂ? ਜੇ ਹੁਣ ਜਦੋਂ ਇਹ ਕਰੀਬਨ ਆਪਣੇ 2007 ਤੋਂ ਬਾਅਦ ਅਸੀਂ ਇੱਕ ਜਰਨਲਿਸਟ ਆ ਟਾਈਮਸ ਦਾ ਹੁਣ ਪੇਪਰ ਆਪਾਂ ਨੂੰ ਪਤਾ ਕਿ ਬਹੁਤ ਜ਼ਿਆਦਾ ਮਸ਼ਹੂਰ ਪੇਪਰ ਆ ਅਤੇ ਉਹਦੀ ਵੈਲਿਊ ਵੀ ਬਹੁਤ ਆ, ਠੀਕ ਹੈ, ਅਤੇ ਉਹਦਾ ਨਾਂ ਸੀਗਾ ਐਂਡਰੂ ਨੋਫਕ, ਉਹ ਸਾਡਾ ਦੋਸਤ ਸੀਗਾ। ਜਦੋਂ ਉਹ ਸਪੈਸ਼ਲਿਸਟ ਜਰਨਲਿਸਟ ਉਹਨੂੰ ਇਹ ਦਿੱਤਾ ਸੀ ਵੀ ਤੂੰ ਇਹ ਫਾਇੰਡ ਆਊਟ ਕਰ ਕਿ ਇਹ ਵਾਕਿਆ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਸਹੀ ਆ ਕਿ ਐਵੇਂ ਤਾਂ ਨਹੀਂ ਬਣਾ ਕੇ ਕਰਦੇ। ਉਹਨੇ ਜਦੋਂ ਇਹ ਫਿਰ ਆਪਣੇ ਕੇਸ ਬਾਏ ਕੇਸ ਇੱਦਾਂ ਸਟੱਡੀ ਕਰਨ ਲੱਗਾ ਅਤੇ ਰੋਜ਼ ਦੂਜੀ ਤੀਜੀ ਵੀਕ ਟਾਈਮਸ 'ਤੇ ਆਉਣਾ ਅਤੇ ਹੌਲੀ 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 ਸਾਰਿਆਂ ਦੀ ਅੱਖਾਂ ਖੁੱਲੀਆਂ। ਅਤੇ ਫਿਰ ਆਪਣੇ ਜਿਹੜੀ ਆਪਾਂ ਗੱਲ 97 ਦੇ 'ਚ ਕਰਦੇ ਸੀ, 2000 ਦੇ 'ਚ ਗੱਲ ਕਰਦੇ ਸੀ, 2014 ਵਿੱਚ ਇੱਕ ਟਾਊਨ ਦੇ 'ਚ ਰੋਦਰਮ ਦੇ ਵਿੱਚ 1400 ਬੱਚੀ ਇੱਕ ਟਾਊਨ ਦੇ ਵਿੱਚ ਰੋਦਰਮ ਦੇ ਵਿੱਚ। ਅਤੇ ਅਸੀਂ ਜਦੋਂ ਰਿਪੋਰਟ ਨਿਕਲੀ, ਉਸ ਰਿਪੋਰਟ ਦੇ ਵਿੱਚ ਵੀ ਇਹ ਸੀਗੀ ਟੈਕਸੀ ਡਰਾਈਵਰ ਆਪਣੇ ਆ ਜਿਹੜੀਆਂ ਮੱਛੀ ਚਿਪ ਸ਼ੋਪਾਂ ਵਾਲੇ, ਕਬਾਬ ਸ਼ੋਪਾਂ ਵਾਲੇ, ਅਤੇ ਇਹਨਾਂ ਦਾ ਨਾਂ ਪਾਕਿਸਤਾਨੀਆਂ ਦਾ। ਅਤੇ ਉੱਥੇ ਇਹ ਵੀ ਆ ਰਿਹਾ ਸੀ ਕਿ ਗੌਰਮੈਂਟ ਨੇ ਕੰਪਲੀਟ ਫੇਲ ਕੀਤਾ ਉੱਥੇ ਆਪਾਂ ਨੂੰ, ਕਾਊਂਸਲ ਨੇ, ਪੁਲਿਸ ਨੇ, ਸਾਰਾ ਕੁਛ। ਹੁਣ ਜਦੋਂ ਆਪਾਂ 97 ਦੇ 'ਚ ਰੌਲਾ ਪਾਉਂਦੇ ਸੀ ਜਾਂ 2000 ਦੇ 'ਚ ਰੌਲਾ ਪਾਉਂਦੇ, ਸਾਡੀ ਸੁਣਦੇ ਨਹੀਂ ਸੀ, ਪਰੂਫ ਲਿਆਓ, ਪਰੂਫ ਲਿਆਓ, ਪਰੂਫ ਲਿਆਓ, ਪਰੂਫ ਇਹਨਾਂ ਦੇ ਕੋਲ ਸੀ, ਇਹਨੇ ਕੀਤਾ ਨਹੀਂ। ਇਹਨਾਂ ਨੂੰ ਇੱਕ ਇਹ ਇੱਕ ਕਹਿ ਲਓ ਕਿ ਡਰ ਗਏ ਕਿ ਅਸੀਂ ਜੇ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਤਾਂ ਕਮਿਊਨਿਟੀ ਦਾ ਬੈਕਲੈਸ਼ ਬਹੁਤ ਹੋਣਾ। ਪੋਲੀਟੀਸ਼ੀਅਨ ਤਾਂ ਡਰ ਗਿਆ ਵੀ ਇਨਰ ਸਿਟੀ, ਆਪਾਂ ਨੂੰ ਪਤਾ ਹੁਣ ਤੁਸੀਂ UK ਵਿੱਚ ਰਹਿੰਦੇ ਹਾਂ, ਇਨਰ ਸਿਟੀ ਵਿੱਚ ਸਾਰੇ ਇਹ ਵੋਟ ਬੈਂਕਾਂ ਆ, MP ਕਾਊਂਸਲਰ ਇਹ ਸਮਝ ਸਾਡੀਆਂ ਵੋਟਾਂ ਜਾਣੀਆਂ ਜੇ ਅਸੀਂ ਇਹਨਾਂ ਨੂੰ। ਉਹ ਜੇ ਆਪਾਂ ਕਹਿੰਦੇ ਕਿ ਜਿਹੜੀ ਪੰਜਾਬ ਦੀ ਪੋਲੀਟਿਕਸ ਉਹ ਇੱਥੇ ਵੀ ਆ,
ਉਹ ਸਾਰਾ ਇੱਥੇ ਦੁਨੀਆ ਭਾਰੀ ਆ, ਬੰਦਾ ਹਰ ਕੋਈ ਆਪਣੀ ਕੁਰਸੀ ਦੇਖਦਾ, ਪਰ ਇਹ ਨਹੀਂ ਦੇਖਿਆ ਕਿ 1400 ਬੱਚੀ ਦੀ ਇੱਜ਼ਤ ਲੁੱਟ ਹੋ ਰਹੀ ਆ। ਹੁਣ ਟੈਲਫਰਡ ਦੇ ਵਿੱਚ ਹੁਣ ਇੰਕੁਆਇਰੀ ਆਉਣੀ ਆ, ਮੇਰਾ ਖਿਆਲ 2 ਕੁ ਮਹੀਨਿਆਂ ਤਾਂ ਆਉਣੀ ਆ, ਪਰ ਉੱਥੇ ਆਪਣੀ ਬੱਚੀ, ਉਹਦਾ ਟੈਲੀਫੋਨ ਮੈਨੂੰ ਗਿਆ ਸੀਗਾ ਕੈਨੇਡਾ ਵਿੱਚ ਪਿਛਲੇ ਸਾਲ, ਉਹਨੇ ਇਹ ਸਾਰਾ ਐਕਸਪੋਜ਼ ਕੀਤਾ ਕਿ ਉਹਦੇ ਨਾਲ ਹੋਇਆ, ਠੀਕ ਹੈ, ਅਤੇ ਉਹ ਆਪਣਾ ਮੇਰਾ ਪੇਪਰ ਆ ਉੱਥੇ ਸੰਡੇ ਮੇਰਾ, ਉਹਨੂੰ ਉਹਨੇ ਆਪਣੇ ਬਿਆਨ ਦਿੱਤੇ, ਅਤੇ ਹੁਣ ਜਦੋਂ ਉਹਨੂੰ ਸਾਰੀਆਂ ਚੀਜ਼ਾਂ ਦੇਖਦੇ ਹਾਂ, 1000 ਬੱਚੀ ਟੈਲਫਰਡ ਦੇ ਵਿੱਚ ਜਿਹੜੀ ਅਫੈਕਟਡ ਹੈ ਇਸ ਚੀਜ਼ ਦੇ ਨਾਲ, ਜਿਹੜੀ ਉਹ ਬੰਦੇ ਕੰਟਰੋਲ ਕਰਦੇ ਸੀ, ਅਤੇ ਗਰੁੱਪ ਇੱਦਾਂ ਦੇ ਆ, ਗਰੁੱਪ ਵੀ ਇੱਦਾਂ ਦੇ ਨਹੀਂ ਵੀ ਭਾਈਬੰਦੀ ਨਹੀਂ ਗਈ, ਕੋਈ ਕੋਈ ਰਿਸ਼ਤੇਦਾਰੀਆਂ, ਕੋਈ ਚਾਚਾ ਲੱਗਦਾ, ਕੋਈ ਤਾਇਆ ਲੱਗਦਾ, ਕੋਈ ਮਾਮਾ ਲੱਗਦਾ, ਫੈਮਿਲੀ ਬਿਜ਼ਨਸ ਆ ਜਿੱਦਾਂ ਖੋਲੀਆਂ ਹੋਈਆਂ ਇੱਦਾਂ। ਅੱਛਾ, ਹੈਰਾਨ ਹੈਰਾਨ ਇਹ ਵੀ ਲੋਕ ਕਿਸੇ ਕਮਿਊਨਿਟੀ ਨਾਲ ਸੰਬੰਧਿਤ ਜਾਂ ਆਪਣੇ ਏਸ਼ੀਅਨ ਨੇ, ਦੇਖੋ ਮੁਸਲਮਾਨਾਂ ਦੀ ਕਮਿਊਨਿਟੀ ਆਪਾਂ ਚਚਕਦੇ ਨਹੀਂ, ਪਾਕਿਸਤਾਨੀ ਕਮਿਊਨਿਟੀ ਦੇ ਵਿੱਚੋਂ ਹੈਗੇ ਆ। ਟੈਲਫਰਡ ਦੇ 'ਚ ਅੱਗੇ ਵੀ 7 ਬੰਦੇ ਆਪਾਂ ਸਜ਼ਾ ਕਰਵਾਈ ਸੀ, ਹੁਣ ਵੀ ਹੁਣ ਜਦੋਂ ਰਿਪੋਰਟ ਆਈ 2-3 ਮਹੀਨਿਆਂ ਤਾਂ ਕਾਫੀ ਰੌਲਾ ਪੈਣਾ। ਪਰ ਉਹ ਕੁੜੀ ਨੂੰ, ਮੈਂ ਕੈਨੇਡਾ ਸੀਗਾ ਮਾਰਚ ਦੇ ਵਿੱਚ, ਅਤੇ ਕੁੜੀ ਨੂੰ ਪੁਲਿਸ, ਉਹਨੇ ਪੇਪਰ 'ਤੇ ਤਾਂ ਦੇ ਦਿੱਤੀ ਰਿਪੋਰਟ, ਪਰ ਉਹਨੂੰ ਧਮਕੀਆਂ ਆਉਣ ਲੱਗ ਪਈਆਂ, ਅਤੇ ਪੁਲਿਸ ਉਹਨੂੰ ਪ੍ਰੋਟੈਕਸ਼ਨ ਨਹੀਂ ਸੀ ਦਿੰਦੀ। ਫਿਰ ਅਸੀਂ ਇੱਕ ਵੀਡੀਓ ਬਣਾ ਕੇ ਕੈਨੇਡਾ ਤੋਂ ਭੇਜੀ, ਫੇਸਬੁੱਕ 'ਤੇ ਲਾਈ, ਅਤੇ ਉਸੇ ਵੇਲੇ ਦੂਜੇ ਦਿਨ ਕੁੜੀ ਨੂੰ ਪ੍ਰੋਟੈਕਸ਼ਨ ਅਤੇ ਸਾਰਾ ਕੁਛ ਉਹਨਾਂ ਨੂੰ ਮਿਲ ਗਿਆ। ਪਰ ਇਹ ਉਹਨੇ ਫਿਰ ਮੈਨੂੰ, ਜਦੋਂ ਮੈਂ ਉਹਨੂੰ ਮਿਲਿਆ, ਉਹਨੇ ਮੈਨੂੰ 27 ਬੱਚੀਆਂ ਦੀ ਲਿਸਟ ਦਿੱਤੀ ਜਿਹੜੀਆਂ ਆਪਣੀਆਂ ਸੀ, ਗੋਰੀਆਂ ਦਾ ਕਾਫੀ ਸੀ, ਪਰ 27 ਬੱਚੀਆਂ ਆਪਣੀਆਂ ਦੀ ਲਿਸਟ ਵੀ ਦਿੱਤੀ ਮੈਨੂੰ, ਜਿਨ੍ਹਾਂ ਦੇ ਨਾਲ ਮੈਂ ਗੱਲਬਾਤ ਕਰਦਾ। ਆਪਾਂ ਸਿੱਖ ਅਵੇਅਰਨੈਸ ਸੁਸਾਇਟੀ ਵੱਲੋਂ ਕਾਊਂਸਲਿੰਗ ਵੀ ਦੇ ਰਿਹਾ, ਕਿਉਂਕਿ ਪਹਿਲਾਂ ਤਾਂ ਆਪਾਂ ਅਵੇਅਰਨੈਸ ਹੀ ਕਰਦੇ ਸੀ, ਹੁਣ ਆਪਣੇ ਹਰੇਕ ਟਾਊਨ ਦੇ 'ਚ ਕਾਊਂਸਲਰ ਹੈਗੇ, ਪ੍ਰੋਫੈਸ਼ਨਲ ਬੰਦੇ ਹੈਗੇ ਜਿਹੜੇ ਕਾਊਂਸਲ ਕਰਦੇ ਆ। ਸੋ ਇੱਦਾਂ ਇਹ ਬੱਚੇ ਜਿਹੜੇ, ਜਿੱਦਾਂ ਹੁਣ ਦੇਖੋ ਰੁਦਰਮ ਦੀ ਗੱਲ ਕੀਤੀ 1400 ਦੀ, ਹਾਂਜੀ, ਟੈਲਫੋਰਡ ਦੀ ਕੀਤੀ ਜਾਂ ਹੋਰ ਹਰੇਕ, ਜੇ ਇਹ ਸ਼ਹਿਰਾਂ 'ਚ ਇੱਦਾਂ ਤਾਂ ਬਾਕੀ 'ਚ ਵੀ ਹੋਊ। ਹਾਂਜੀ ਹਾਂਜੀ, ਇਹ ਬੱਚੇ ਸ਼ਿਕਾਰ ਕਾਹਦੇ ਹੋ ਜਾਂਦੇ ਇਹਨਾਂ ਦੇ? ਦੇਖੋ ਕਈ ਤਾਂ ਬੱਚੇ ਹੁੰਦੇ ਆ ਕਿ ਘਰਾਂ ਵਿੱਚ ਇਹ 8-9 ਚੀਜ਼ਾਂ ਜਿਹੜੀਆਂ ਹੁੰਦੀਆਂ, ਹੁਣ ਜਦੋਂ ਅਸੀਂ ਆਪਾਂ ਲੈਕਚਰ ਦਿੰਦੇ ਹਾਂ ਜਾਂ ਆਪਾਂ ਕੋਰਸ ਕਰਦੇ ਹਾਂ, ਪਰ ਜੇ ਇਸ ਘਰ ਦੇ ਜਿਹੜੀ ਵਲਨਰੇਬਿਲਿਟੀ ਹੁੰਦੀ ਉਹ ਐਕਸਪਲੋਇਟ ਕਰਦੇ ਆ, ਜਿਹੜੀ ਤੁਹਾਡੇ ਵਿੱਚ ਕੋਈ ਘਾਟ ਆ ਨਾ ਉਹਨੂੰ ਐਕਸਪਲੋਇਟ ਕਰਨਾ। ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਇੰਟਰਨੈਟ 'ਤੇ ਆਪਾਂ ਸਾਰਾ ਕੁਛ ਹੀ ਪਾ ਦਿੰਦੇ ਹਾਂ, ਠੀਕ ਹੈ, ਜੇ ਮਾੜਾ ਮੋਟਾ ਘਰ ਦੇ 'ਚ ਲੜਾਈ ਝਗੜਾ ਵੀ ਉਹ ਵੀ ਪਾ ਦੇਣਾ, ਉਹ ਇੱਕ ਵਲਨਰੇਬਿਲਿਟੀ ਪੈਦਾ ਹੋ ਜਾਂਦੀ। ਬੰਦੇ ਨੂੰ ਪਤਾ ਦੂਜੇ ਪਾਸੇ ਲੱਗ ਜਾਂਦਾ ਇਹ ਨਿਆਣਾ ਘਰ ਦੇ 'ਚ ਖੁਸ਼ ਨਹੀਂ, ਠੀਕ ਹੈ, ਉਹਨਾਂ ਨੂੰ ਆਈਡੀਆ ਲੱਗ ਜਾਂਦਾ, ਉਹਨਾਂ ਆਈਡੀਆ ਲੱਗ ਜਾਂਦਾ ਹੈ ਨਾ। ਜਾਂ ਜਦੋਂ ਬੱਚੇ ਨੂੰ, ਜਦੋਂ ਜਿਹੜਾ ਬੱਚਾ ਗਰੀਬ ਘਰੋਂ ਆ, ਉਹ ਨਾਲ ਨਾ ਸਕੂਲਾਂ ਜਾਂਦੇ ਆ, ਉਹਨਾਂ ਦੇ ਸਾਰਿਆਂ ਦੇ ਕੋਲ ਆਪਣੇ ਨਾਇਕ ਦੇ ਟ੍ਰੇਨਰ ਆ ਜਾਂ ਬ੍ਰਾਂਡਿਡ ਨੇਮ ਆ, ਤਾਂ ਉਹਨਾਂ ਕੋਲ ਹੈ ਨਹੀਂ ਗਾ, ਅਤੇ ਉਹ ਬੰਦਾ ਕੋਈ ਕਹਿੰਦਾ ਤੂੰ ਤੂੰ ਫਿਕਰ ਨਾ ਕਰ, ਤੇ ਤੂੰ ਵੀ ਲੈ ਲਾ, ਮੈਂ ਤੈਨੂੰ ਵੀ ਲੈ ਦਿੰਦਾ। ਹੁਣ ਜਦੋਂ ਬੰਦਾ ਕੋਈ ਚੀਜ਼ ਦਿੰਦਾ, ਇਹ ਸਾਈਕੋਲੋਜੀ ਆ, ਜਦੋਂ ਕੋਈ ਤੁਹਾਨੂੰ ਕੋਈ ਚੀਜ਼ ਦਿੰਦਾ, ਬੰਦਾ ਫੀਲ ਖੁਸ਼ ਕਰਦਾ ਕਿ ਮੈਂ ਪਤਾ ਨਹੀਂ ਸਪੈਸ਼ਲ ਹੈ ਜਿਹੜਾ ਮੈਨੂੰ ਇਹ ਚੀਜ਼ ਦੇ ਰਿਹਾ। ਦੁੱਖ ਤਾਂ ਉਦੋਂ ਹੀ ਲੱਗਦਾ ਜਦੋਂ ਕੋਈ ਲੈਂਦਾ, ਹਾਂ, ਜਦੋਂ ਉਹਨਾਂ ਨੂੰ ਫਿਰ ਜਦੋਂ ਬਾਅਦ ਦੇ ਵਿੱਚ ਪਤਾ ਲੱਗਦਾ, ਫਿਰ ਬਾਅਦ ਦੇ ਵਿੱਚ ਇੱਦਾਂ ਆ ਕਿ ਜਦੋਂ ਬੰਦਾ ਉਹ ਰਿਲੇਸ਼ਨਸ਼ਿਪ ਪੈਦਾ ਹੋ ਜਾਂਦੀ ਆ, ਜਿੱਦਾਂ ਆਪਣੇ ਬੋਏਫ੍ਰੈਂਡ ਗਰਲਫ੍ਰੈਂਡ ਦੀ, ਪਹਿਲਾਂ ਤਾਂ ਇੱਦਾਂ ਦੇਖਿਆ ਕਿ ਇਹ ਸੁਨੱਖੇ ਮੁੰਡੇ ਕੁੜੀਆਂ ਦੇ ਮੂਹਰੇ ਕਰ ਦੇਣੇ ਕਿ ਜਿਹੜਾ ਉਹ ਮੋਹਿਤ ਹੋ ਜਾਣ, ਫਿਰ ਥੋੜ੍ਹੀਆਂ ਚੀਜ਼ਾਂ ਦੇਣੀਆਂ, ਪਾਰਟੀਆਂ ਨੂੰ ਲੈ ਕੇ ਜਾਣਾ, ਸ਼ਰਾਬਾਂ ਵਿੱਚ ਜੇ ਵੋ, ਜਿਹਨੂੰ ਡਰੱਗ ਫਰੀ ਮਿਲਣ, ਜਿਹਨੂੰ ਚੀਜ਼ਾਂ ਫਰੀ ਮਿਲਣ, ਫਿਰ ਉਹਨਾਂ ਨੇ ਕਹਿਣਾ ਵੀ ਤੂੰ ਉਹਦੇ ਨਾਲ ਉਹਦਾ ਸ਼ਿਕਾਰ, ਉਹਦੇ ਨਾਲ ਕੰਮ ਕਰਨਾ, ਭੋਗ ਕਰਨਾ, ਫਿਰ ਗਾਂਹ ਦੀ ਗਾਂਹ ਦੀ ਗਾਂਹ, ਤੂੰ ਉਹਦੇ ਨਾਲ ਵੀ ਕਰ, ਤੂੰ ਉਹਦੇ ਨਾਲ ਵੀ ਕਰ, ਤੂੰ ਉਹਦੇ ਨਾਲ ਵੀ ਕਰ। ਹੁਣ 11 ਸਾਲ ਦੀ 12 ਸਾਲ ਦੀਆਂ ਬੱਚੀਆਂ ਦੀ ਉਮਰ ਹੈ, ਮੈਂ ਇਹ ਗੱਲ ਕਰਦਾ, ਆ ਪਿਛਲੇ ਕੇਸ ਦੇ ਵਿੱਚ
ਆ ਜਿਹੜਾ ਹੁਣ ਕੇਸ ਹੋ ਰਿਹਾ ਆਪਣੇ ਹਡਸਫੀਲਡ ਦੇ ਵਿੱਚ, 11 ਸਾਲ ਦੀ ਬੱਚੀ ਨੂੰ 8-9 ਬੰਦਿਆਂ ਨੇ ਸ਼ਰਵਡ ਫੋਰੈਸਟ ਦੇ ਵਿੱਚ ਜਾ ਕੇ ਉੱਥੇ ਉਹਦੀ ਉੱਥੇ ਰੇਪ ਕੀਤੀ 8 ਬੰਦਿਆਂ ਨੇ, ਹੈ ਨਾ, ਅਤੇ ਫੜੇ ਗਏ ਹੁਣ ਕੇਸ ਚੱਲਦਾ ਉੱਥੇ ਆਪਣੇ। ਅਤੇ ਜਿੱਦਾਂ ਗੱਲ ਤੁਸੀਂ ਇੱਥੇ ਕੀਤੀ ਇੰਗਲੈਂਡ ਦੀ ਗੱਲ ਕੀਤੀ ਹੈ, ਪੂਰੀ ਦੁਨੀਆ 'ਚ ਇਹ ਕੰਮ ਹੁੰਦਾ ਹੋਊਗਾ, ਮਤਲਬ ਆਪਾਂ ਪੰਜਾਬ ਦੀ ਵੀ ਗੱਲ ਕਰ ਲੈਂਦੇ ਹਾਂ, ਕੈਨੇਡਾ ਅਮਰੀਕਾ ਜਾਂ ਜਿੱਥੇ ਤੁਸੀਂ ਹੁਣ ਮੈਨੂੰ ਪਤਾ ਲੱਗਾ ਕੈਨੇਡਾ ਵੀ ਜਾ ਰਹੇ, ਹਾਂਜੀ ਹਾਂਜੀ, ਉੱਥੇ ਵੀ ਇਹੀ ਹਾਲ ਹੈ। ਦੇਖੋ ਉੱਥੇ ਮੈਂ ਦੇਖਿਆ, ਮੈਂ ਆਪਣੇ ਮਾਰਟਨ ਗੁਰੂ ਘਰ ਸੀਗੇ ਅਸੀਂ, ਆਪਣੇ ਸਿਮਰਨ ਤੋਂ ਬਾਅਦ ਅਸੀਂ 10 ਮਿੰਟ ਬੋਲੇ ਸੀਗੇ, ਅਤੇ ਉਹ ਉੱਥੇ ਉਹਨਾਂ ਮਾਲਟਨ ਗੁਰੂ ਘਰ ਦੇ ਵਿੱਚ ਟੈਲੀ ਲੱਗ ਕੈਮਰੇ ਲੱਗੇ, ਤਾਂ ਉਹ ਬ੍ਰੋਡਕਾਸਟ ਹੁੰਦਾ ਆਪਣੇ ਸਾਰੇ ਕੈਨੇਡਾ ਦੇ ਵਿੱਚ। ਅਸੀਂ 10 ਮਿੰਟਾਂ ਦੇ ਬੋਲ ਕੇ ਜਿਹੜਾ ਅਸੀਂ ਆਪਾਂ ਦੱਸ ਦਿੱਤਾ ਵੀ ਸਾਡੀਆਂ ਕਲਾਸਾਂ ਲੱਗਣੀਆਂ ਉੱਥੇ ਗੁਰਦੁਆਰੇ, ਤਾਂ ਤੁਸੀਂ ਸਾਰੇ ਸ਼ਾਮਿਲ ਹੋਇਓ। ਸਟੇਜ ਤੋਂ ਆਉਂਦੇ ਦਰਬਾਰ ਦੇ ਵਿੱਚੋਂ ਨਿਕਲਦਿਆਂ ਨੂੰ ਸਾਨੂੰ 10 ਕੇਸ ਆ ਗਿਆ ਸੀ, ਮਤਲਬ ਉੱਥੇ ਵੀ ਇਹੀ ਹਾਲ ਆ। ਪ੍ਰੋਬਲਮ ਜਿੱਥੇ ਵੀ ਹੈਗੀ ਆ, ਜਦੋਂ ਆਪਾਂ ਕਿਸੇ ਚੀਜ਼ ਦੀ ਗੱਲ ਨਹੀਂ ਕਰਦੇ, ਕਿਸੇ ਕੋਈ ਅਵੇਅਰ ਨਹੀਂ, ਜਦੋਂ ਆਪਾਂ ਉੱਦਾਂ ਹੀ ਉਹ ਕਹਿੰਦੇ ਹਾਂ ਵੀ ਆਪਣਾ ਜਿਹੜਾ ਹੈੱਡ ਆ ਨਾ, ਆਪਾਂ ਸੈਂਡ ਦੇ 'ਚ ਬੈਰੀ ਕੀਤਾ ਵੀ ਅਸੀਂ ਪੈਸੇ ਕਮਾਉਣਾ ਹੈ, ਪੈਸੇ ਕਮਾਈ ਜਾਣੇ, ਪੈਸੇ ਕਮਾਈ ਜਾਣੇ, ਅਤੇ ਬੱਚਿਆਂ ਦੀ ਦੇਖਭਾਲ ਕੌਣ ਕਰੂਗਾ? ਜਦੋਂ ਆਪਾਂ ਕਿਹਾ ਵੀ ਬੱਚੇ ਲਾਲਚ ਦੇ ਵਿੱਚ ਆ ਜਾਂਦੇ ਆ, ਇਹਦੇ 'ਚ ਮਾਪਿਆਂ ਦਾ ਕਸੂਰ ਵੀ ਹੈ। ਮੈਂ ਕਹਿੰਦਾ ਭਾਅ ਜੀ, ਜਿਹੜਾ ਨਾ ਹੁਣ ਕਈਆਂ ਨੂੰ ਤਾਂ ਗੁੱਸਾ ਵੀ ਲੱਗੂਗਾ, ਪਰ ਮੈਂ ਕਹਿੰਦਾ ਵੀ ਜ਼ਿਆਦਾ ਕਸੂਰ ਮਾਪਿਆਂ ਦਾ। ਉਹ ਕਿੱਦਾਂ? ਕਰਕੇ ਜਦੋਂ ਆਪਾਂ ਜਦੋਂ ਬੱਚਾ ਨਾ ਇਸ ਹੁਣ ਸਾਡਾ ਬੈਕਗਰਾਊਂਡ ਸਾਈਕੋਲੋਜੀ ਆ, ਜਦੋਂ ਬੱਚਾ 0 to 7 ਤੱਕ 95% ਉਹਦਾ ਬ੍ਰੇਨ ਡਿਵੈਲਪ ਹੋ ਜਾਂਦਾ, ਜਿਸ ਘਰ ਦੇ 'ਚ ਕਲੇਸ਼ ਆ, ਜਿਸ ਘਰ ਦੇ 'ਚ ਲੜਾਈ ਝਗੜਾ ਆ, ਉਹ ਬੱਚੇ 'ਤੇ ਬਹੁਤ ਜ਼ਿਆਦਾ ਅਸਰ ਪੈਣਾ। ਓਕੇ, ਉਹ ਬਹੁਤ ਜ਼ਿਆਦਾ ਅਸਰ ਪੈਣਾ, ਉਹਦਾ ਉਹ ਹਿੰਮ ਜਾਂਦਾ ਬੱਚਾ, ਆਪਣੀ ਗੱਲ ਕਰਨ ਨੂੰ ਇੰਨੀ ਤਾਕਤ ਨਹੀਂ ਹੁੰਦੀ, ਬਿਕੋਜ਼ ਉਹ ਡਰ ਹੁੰਦਾ, ਉਹਦੀ ਲੋ ਸੈਲਫ ਅਸਟੀਮ ਹੋ ਜਾਂਦੀ ਆ, ਤਾਂ ਲੋ ਸੈਲਫ ਅਸਟੀਮ ਸਭ ਤੋਂ ਵੱਡੀ ਵਲਨਰੇਬਿਲਿਟੀ ਆ, ਹੈ ਨਾ। ਬਾਕੀ ਜਦੋਂ ਆਪਾਂ ਟਾਈਮ ਨਹੀਂ ਦਿੰਦੇ, ਹੁਣ ਤੁਸੀਂ ਆਪਣੇ 'ਤੇ ਲਾ ਲਓ ਵੀ ਆਪਾਂ ਕਿੰਨਾ ਕੁ ਆਪਣੇ ਬੱਚੇ ਨੂੰ ਟਾਈਮ ਦਿੰਦੇ, 15 ਮਿੰਟ ਮੇਰਾ ਖਿਆਲ ਨਹੀਂ ਆਪਾਂ ਆਪਣੇ ਬੱਚੇ ਦੇ ਨਾਲ ਬਹਿ ਕੇ ਅਤੇ ਉਹਨੂੰ ਚੰਗੀ ਤਰ੍ਹਾਂ ਉਹਨੂੰ ਹਾਲ ਚਾਲ ਪੁੱਛਿਆ, ਬਾਤ ਪੁੱਛੀ, ਕਿੱਦਾਂ ਭੱਜ ਭੱਜ ਕੇ ਹੀ ਆ ਸਾਰਾ, ਨੱਠ ਨੱਠ ਕੇ ਹੀ ਆ ਸਾਰਾ ਕੰਮ ਹੁੰਦਾ। ਪਹਿਲਾਂ ਤਾਂ ਇਹ ਸੋਚੀਦਾ ਸੀ ਵੀ ਕੰਪਿਊਟਰ 'ਤੇ ਬੱਚਿਆਂ ਨੂੰ ਜਾਣ ਨਹੀਂ ਦੇਣਾ, ਹੁਣ ਤਾਂ ਫੋਨ ਆ ਗਏ ਆ, ਅਤੇ ਹੁਣ ਤਾਂ ਘਰ 'ਚ ਨਿਆਣਿਆਂ ਬੱਚਿਆਂ ਦੀ ਕੀ ਗੱਲ ਕਰੀਏ, ਸਿਆਣਾ ਨਹੀਂ ਇੱਕ ਦੂਸਰੇ ਨਾਲ ਗੱਲ ਕਰਦਾ। ਉਹ ਜਿਹੜੀ ਘਰ ਦੇ ਵਿੱਚ ਜਿਹੜੇ ਦੇਖੋ ਹੁਣ ਤੁਸੀਂ ਕਈਆਂ ਘਰ ਚਲ ਜਾਓ ਤਾਂ ਆਪਣੇ ਆਪਣੇ ਕਮਰਿਆਂ 'ਚ ਬੈਠੇ ਆ, ਹਾਂ ਰਾਈਟ, ਪਰ ਬੱਚੇ ਜਦੋਂ ਤੁਸੀਂ ਦੇਖਦੇ ਆ 2-2, 3-3 ਵਜੇ ਤਾਂ ਸੌਂਦੇ ਨਹੀਂ, ਕਿਹਨਾਂ ਦੇ ਨਾਲ ਗੱਲਾਂ ਕਰਦੇ ਆ, ਹੈ ਨਾ। ਇਹ ਜਿਹੜਾ ਕੋਰਸ ਹੈ ਆਪਾਂ ਸੁਖੀ ਬੱਸੇ ਮੋਰੋ ਪਰਿਵਾਰ ਆ, ਇਹ 20 ਸਾਲ ਦਾ ਨਿਚੋੜ ਕੱਢ ਕੇ ਜਿੰਨੀਆਂ ਵੀ ਵਲਨਰੇਬਿਲਟੀਆਂ ਹੈਗੀਆਂ ਉਹ ਸਾਰਾ ਨਿਚੋੜ ਕੱਢਿਆ ਆ, ਕੇਸ ਬਾਏ ਕੇਸ ਅਸੀਂ ਵੀ ਦੱਸਦੇ ਹਾਂ ਵੀ ਇੱਦਾਂ ਹੋਇਆ, ਇੱਦਾਂ ਹੋਇਆ, ਇਸ ਚੀਜ਼ ਤੋਂ ਬਚਣ ਨੂੰ ਇੱਦਾਂ ਬਚਣਾ ਚਾਹੀਦਾ, ਆਹ ਜਿਹੜੇ ਵਾਰਨਿੰਗ ਸਾਈਨਸ ਆ, ਅੱਜ ਜਿੱਦਾਂ ਹੁਣ ਜੇ ਆਪਾਂ ਕਹੀਏ ਕਿ ਜ਼ਬਾਨ ਨਾਲੋਂ ਪਹਿਲੋਂ ਜਿਹੜੀ ਸਭ ਤੋਂ ਪਹਿਲੋਂ ਲੈਂਗੁਏਜ ਸੀ ਬੋਡੀ ਲੈਂਗੁਏਜ ਸੀਗੀ, ਠੀਕ ਹੈ। ਕਦੀ ਕਦੀ ਬੱਚਾ ਡਰਦਾ ਨਹੀਂ ਤੁਹਾਨੂੰ ਦੱਸ ਸਕਦਾ ਕਿਉਂਕਿ ਕੋਈ ਦਬਾ ਰਿਹਾ, ਪਰ ਉਹਦਾ ਸਰੀਰ ਤੁਹਾਨੂੰ ਦੱਸ ਦੂਗਾ ਕਿ ਉਹ ਠੀਕ ਨਹੀਂ ਗਾ। ਜਿਵੇਂ ਕਦੀ ਕਦੀ ਬੱਚਾ ਤੁਹਾਡੇ ਨਾਲ ਬੜਾ ਤੁਹਾਡੇ ਨਾਲ ਗੱਲਬਾਤ ਪੂਰੀ ਕਰਦਾ, ਹੁਣ 1-2 ਦਿਨ ਦੇ ਵਿੱਚ ਉਹ ਗੱਲ ਹੀ ਨਹੀਂ ਕਰਦਾ ਤੁਹਾਡੇ ਨਾਲ, ਉਹ ਗੱਲ ਕਿਹੜੀ, ਕੌਣ ਚੁੱਪ ਕਰਾ ਰਿਹਾ ਉਹਨੂੰ, ਹੈ ਨਾ। ਜਾਂ ਬੱਚਾ ਸਕੂਲ ਨੂੰ ਭੱਜਾ ਜਾਂਦਾ ਅੱਗੇ, ਤਾਂ ਹੁਣ ਕਹਿੰਦਾ ਮੇਰਾ ਢਿੱਡ ਦੁਖਦਾ, ਮੈਂ ਜਾਣਾ ਨਹੀਂ, ਮੈਂ ਉਹ ਨਹੀਂ, ਐਕਸਕਿਊਜ਼ ਬਣਾਉਂਦਾ, ਕਿਉਂ ਕਿਤੇ ਸਕੂਲੇ ਕੁਛ ਹੋ ਰਿਹਾ, ਹੈ ਨਾ। ਸੋ ਜੇ ਹੁਣ ਬੱਚਾ ਬੜਾ ਖੁਸ਼ਹਾਲ ਬੱਚਾ ਆ, ਬੜਾ ਤੁਹਾਡੇ ਨਾਲ ਹੱਸਦਾ ਖੇਡਦਾ ਸਾਰਿਆਂ ਦੇ ਨਾਲ, ਹੁਣ ਸਡਨਲੀ ਸੈਡ ਹੋ ਗਿਆ, ਉਹ ਕਿਹੜੀ ਚੀਜ਼ ਉਹਨੂੰ ਬਣਾ ਰਹੀ ਹੈ ਇਹ ਬੋਡੀ ਲੈਂਗੁਏਜ ਹੀ ਤੁਹਾਨੂੰ ਕਦੀ ਕਦੀ, ਇਹ ਸਾਰੇ ਤਰੀਕੇ ਜਿਹੜੇ ਹਨ ਰੈੱਡ ਫਲੈਗਸ ਹੈ ਜਿਹੜੇ ਅਸੀਂ ਆਪਾਂ ਉਸ ਕੋਰਸ ਦੇ ਵਿੱਚ ਹੁਣ
ਕੱਲ੍ਹ ਹਲੇ ਰੈਡਿੰਗ ਦੇ ਰੈਡਿੰਗ ਗੁਰੂ ਘਰ ਸਟਾਰਟ ਹੋਇਆ 10 ਹਫ਼ਤੇ ਲਈ, ਬੋਲੀ 'ਚ ਗੁਰੂ ਘਰ ਆਪਾਂ ਸਟਾਰਟ ਕਰ ਦੇਣਾ 2 ਵੀਕਾਂ ਤੱਕ, ਅਤੇ ਆਪਣੇ ਇੱਧਰ ਲੰਡਨ ਵੱਲ ਆਪਣੇ ਸ਼ੁਰੂ ਆ, ਅਤੇ ਨੌਰਥਹੈਂਪਟਨ ਦੇ ਚੋਲੇ ਫਿਨਿਸ਼ ਹੋਇਆ, ਸਹਿਜਲੀ ਸਟਰੀਟ ਗੁਰਦੁਆਰੇ ਫਿਨਿਸ਼ ਹੋਇਆ ਸੀ ਪਿਛਲੇ ਸਾਲ, ਆਪਣੇ ਸਲਾਹੂ ਗੁਰਦੁਆਰੇ ਕੀਤਾ, ਸੋ ਸਾਰੇ ਸਾਰੇ ਆਪਾਂ ਇਹਨੂੰ ਕੋਰਸ ਨੂੰ ਲੈ ਕੇ ਜਾਣਾ, ਸੋ ਹਰ ਮਾਪੇ ਨੂੰ ਪਤਾ ਲੱਗ ਜਾਵੇ ਕਿ ਜੇ ਕੋਈ ਰੋਂਗ ਵੀ ਚੀਜ਼ ਹੋ ਜਾਂਦੀ ਆ ਅਤੇ ਹਰ ਮਾਪੇ ਨੂੰ ਇਹ ਵੀ ਦੱਸਿਆ ਜਾਵੇ ਉਹਨੂੰ ਐਕਟ ਕਿੱਦਾਂ ਕਰਨਾ। ਠੀਕ ਹੈ, ਕਦੀ ਕਦੀ ਆਪਾਂ ਓਵਰ ਰਿਐਕਟ ਕਰਕੇ ਹੋਰ ਉਦੋਂ ਵੀ ਚੀਜ਼ਾਂ ਖਰਾਬ ਕਰ ਲੈਂਦੇ ਕਹਾਣੀ। ਫਿਰ ਇਹ ਲੋਕ ਜਿੱਦਾਂ ਡਰਦੇ ਨਹੀਂ ਦੱਸਦੇ, ਬੱਚੇ ਨਹੀਂ ਡਰਦੇ ਦੱਸਦੇ, ਜੇ ਬੱਚੇ ਮਾਪਿਆਂ ਨੂੰ ਦੱਸਦੇ ਤਾਂ ਮਾਪੇ ਨਹੀਂ ਕਹਾਂ ਦੱਸਦੇ। ਇਹ ਪ੍ਰੋਬਲਮ ਭਾਅ ਜੀ ਬਹੁਤ ਜ਼ਿਆਦਾ ਵੱਡੀ ਆ, ਇਹ ਪ੍ਰੋਬਲਮ ਸਾਨੂੰ ਜਿਹੜੇ ਕਹਿ ਲਓ ਕਿ ਜਿਹੜੇ ਮਾਪੇ ਇੰਡੀਆ ਤੋਂ ਪੜ੍ਹ ਕੇ ਆਏ ਆ ਹੈ ਨਾ, ਜਾਂ ਇੱਥੇ ਵਿਆਹ ਇੱਥੇ ਜਿੱਦਾਂ ਕਹਿ ਲਓ ਅਸੀਂ ਉਹਨਾਂ ਨੂੰ ਇੰਪੋਰਟ ਐਕਸਪੋਰਟ ਵਾਲੀ ਗੱਲ ਵੀ ਜਿਹੜੇ ਮਾਪੇ ਇੱਧਰ ਆਏ ਆ ਉਹ ਵੈਲਿਊ ਸਿਸਟਮ ਪੰਜਾਬ ਵਾਲਾ ਹੀ ਆ, ਉਹ ਕਹਿੰਦੇ ਵੀ ਦਾਬੀ ਦਾ ਇੱਥੇ ਬੇਇੱਜ਼ਤੀ ਨਾ ਹੋਵੇ, ਬੇਇੱਜ਼ਤੀ ਨਾ ਹੋਵੇ ਉਹਨਾਂ ਮਾਪਿਆਂ ਵੱਲੋਂ। ਕਈ ਅਸੀਂ ਕੇਸਾਂ ਬੱਚੀਆਂ ਦੇ ਕੇਸ ਪੁਲਿਸ ਸਟੇਸ਼ਨ ਵੀ ਲੈ ਕੇ ਗਏ ਹਾਂ, ਐਨ 6 ਤੱਕ ਮਾਪੇ ਕੱਟ ਆਫ ਕਰ ਦਿੰਦੇ ਸਾਨੂੰ। ਬਾਕੀ ਜਿਹੜੇ 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 ਇੱਥੇ ਮਾਪੇ ਇੱਥੇ ਜੰਮ ਪਾ ਲਿਆ, ਜਿੱਦਾਂ ਹੁਣ 15-15 ਸਾਲ ਦੀਆਂ ਬੱਚੀਆਂ ਜਿਹਨਾਂ ਨਾਲ ਅਸੀਂ ਡੀਲ ਕਰਦੇ, ਉਹਨਾਂ ਦੇ ਮਾਪੇ ਇੱਥੇ ਦੇ ਆ, ਬੜੇ ਲਿਖੇ, ਉੱਥੋਂ ਨਹੀਂ ਸਾਨੂੰ ਪ੍ਰੋਬਲਮ, ਉਹ ਸਮਝਦੇ ਗੱਲ, ਉਹ ਸਮਝਦੇ ਆ ਕਿ ਜਿਹੜੇ ਇਸ ਚੀਜ਼ ਨੂੰ ਜੇ ਗਲਤ ਆ ਤੁਹਾਨੂੰ ਗਲਤ ਕਹੋ ਤਾਂ ਅਸੀਂ ਪੂਰੀ ਸਪੋਰਟ ਤੁਹਾਨੂੰ ਦੇ। ਚਲੋ ਇਹ ਤਾਂ ਹੋ ਗਿਆ ਇਹਨਾਂ ਦਾ, ਤੁਹਾਨੂੰ ਖੁਦ ਨੂੰ ਪਰਸਨਲੀ ਜਾਂ ਜਿਹੜੀ ਤੁਹਾਡੀ ਸੰਸਥਾ ਇਹਨਾਂ ਬੰਦਿਆਂ ਨੂੰ ਕੋਈ ਥਰੈਟ ਜਾਂ ਕੋਈ ਇੱਦਾਂ ਦੀਆਂ ਧਮਕੀਆਂ ਆਉਂਦੀਆਂ ਜਾਂ ਆਈਆਂ? ਆਉਂਦੀਆਂ ਰਹਿੰਦੀਆਂ, ਆਉਂਦੀਆਂ ਰਹਿੰਦੀਆਂ, ਪਰ ਉਹ ਜਿਹੜਾ ਤੁਹਾਡਾ ਮਾਇੰਡ ਸੈੱਟ ਆ ਉਹ, ਜੇ ਹੁਣ ਆਪਾਂ ਅਰਦਾਸ ਕੀਤੀ ਆ ਕਿ ਜਿੰਨੇ ਸਵਾਸ ਆ ਸਿੱਖੀ ਦੇ ਲੈ ਕੇ ਲੱਗ ਜਾਣ, ਇਹ ਫਿਰ ਸ਼ੁਭ ਕਰਮ ਅਤੇ ਕਬੂ ਨਾ ਡਰੋ ਵਾਲੀ ਗੱਲ ਆ ਕਿ ਇਸ ਤੋਂ ਵੱਡਾ ਸ਼ੁਭ ਕਰਮ ਕੀ ਹੈ ਕਿ ਅੱਗੇ ਕਿਸੇ ਧੀ ਭੈਣ ਦੀ ਇੱਜ਼ਤ ਬਚ ਜਾਵੇ, ਇਹੀ ਖੂਨ ਆਪਣੇ ਰਗਾਂ ਵਿੱਚ ਆ। ਮਤਲਬ ਗੁਰੂ ਨਾਨਕ ਦੇਵ ਜੀ ਦਾ ਵੀ ਇਹੀ ਕਹਿਣਾ, ਸਰਬੱਤ ਦਾ ਭਲਾ, ਸਰਬੱਤ ਦਾ ਭਲਾ। ਆਪਾਂ ਹੁਣ ਇੱਕ ਹਿੰਦੂਆਂ ਦੀ ਲੜਕੀ ਸਾਨੂੰ 3 ਮਹੀਨੇ ਲੱਗ ਗਏ ਅਤੇ ਅਸੀਂ ਉਹ ਸਾਊਥ ਤੋਂ ਸੀ, ਪਾਕਿਸਤਾਨ ਤੋਂ ਮੰਗਵਾਈ ਆ, ਕਰਕੇ ਸਾਨੂੰ ਪਾਕਿਸਤਾਨ ਤੋਂ ਫੋਨ ਆਇਆ ਵੀ ਮੇਰਾ ਪਾਸਪੋਰਟ ਲੈ ਲਿਆ, ਮੇਰਾ ਸਾਰਾ ਕੁਛ ਲੈ ਲਿਆ। ਫਿਰ ਅਸੀਂ ਉਹਦਾ ਦੇਖਿਆ ਕਿਹੜੇ ਏਰੀਏ ਵਿੱਚ ਆ, ਕਿੱਥੇ ਆ, ਫਿਰ ਉਹਨੂੰ 1-2 ਬੰਦੇ ਪਾ ਕੇ ਉੱਥੋਂ ਘਰੋਂ ਕੱਢ ਕੇ ਆਪਣੇ ਲਾਹੌਰ ਏਅਰਪੋਰਟ 'ਤੇ, ਲਾਹੌਰ ਏਅਰਪੋਰਟ ਦੇ 'ਚ ਐਂਬਸੀ ਸੀ ਗੋਰਿਆਂ ਦੀ, ਮੈਂ ਕਿਹਾ ਵੀ ਇੱਥੋਂ ਨਿਕਲੀ ਨਾ ਹੁਣ ਜਿੰਨਾ ਚਿਕਰ ਤੇਰਾ ਪਾਸਪੋਰਟ। 3 ਮਹੀਨੇ ਸਾਨੂੰ ਲੱਗੇ ਅਤੇ ਉਹਦਾ ਖਰਚਾ ਬਹੁਤ ਸਾਡਾ ਹੋ ਗਿਆ ਸੀ ਉਸ ਟਾਈਮ ਦੇ ਉੱਤੇ, ਹੈ ਨਾ। ਸੋ ਇੱਦਾਂ ਇਹ ਮੇਰਾ ਖਿਆਲ 70-80 ਕੇਸ ਤਾਂ ਅਸੀਂ ਆ, ਮਤਲਬ ਜ਼ਿਆਦਾ ਜ਼ਿਆਦਾ ਲੜਕੀਆਂ ਨੂੰ ਪਾਕਿਸਤਾਨ ਵੀ ਭੇਜ ਦਿੰਦੇ ਆ। ਉਹ ਇੱਦਾਂ ਆ ਕਿ ਜਦੋਂ ਤੁਸੀਂ ਦਿਲ ਜਿੱਤ ਲਿਆ, ਤੁਸੀਂ ਆਪਣਾ ਬੱਚੇ ਨੂੰ ਕਹਿਣਾ ਆਪਾਂ ਹੌਲੀਡੇ ਜਾਣਾ ਆ ਚੱਲ ਚੱਲੀਏ, ਅਤੇ ਜਦੋਂ ਉੱਥੇ ਜਾਂਦੇ ਆ ਅਤੇ ਉੱਥੇ ਪਾਸਪੋਰਟ ਲੈਣਾ, ਅਤੇ ਜਦੋਂ ਤੁਸੀਂ ਫੋਰਨ ਕੰਟਰੀ ਵਿੱਚ ਆ, ਨਾਲੇ ਕਾਨੂੰਨ ਜਿਹੜਾ ਕਾਨੂੰਨ ਸਾਡੇ ਲਈ ਤਾਂ ਹੈ ਹੀ ਨਹੀਂ, ਏਸ਼ੀਅਨ ਮੁਲਕਾਂ ਦੇ ਵਿੱਚ ਹੈ ਹੀ ਨਹੀਂ, ਤਾਂ ਉਹਨਾਂ ਦੀ ਗੱਲ ਮੰਨ ਹੋਣੀ ਆ। ਬਾਕੀ ਜਿਹੜੀ ਹੁਣ ਤੁਸੀਂ ਜਿੰਨੀ ਉਹ ਪ੍ਰੋਸਟੀਟਿਊਸ਼ਨ ਏਰੀਆ ਹੈਗਾ ਆਪਣੇ ਲਾਹੌਰ ਦੇ ਵਿੱਚ ਵੀ ਲਾ ਲਓ, ਹੀਰਾ ਮੰਡੀ ਜਿਹਨੂੰ ਕਹਿੰਦੇ ਆ, ਉੱਥੇ ਦੇਖ ਲਿਓ 97% ਪ੍ਰੋਸਟੀਟਿਊਟ ਉੱਥੇ ਦੀਆਂ ਨਹੀਂ ਹੈ, ਬਾਹਰਲੀਆਂ। ਮਤਲਬ ਇਹ ਇੱਕ ਬਿਜ਼ਨਸ ਬਣਿਆ ਹੋਇਆ ਭਾਅ ਜੀ, ਬਿਜ਼ਨਸ ਇਹ ਜਿਹੜਾ ਇਹ ਬਿਜ਼ਨਸ ਤੋਂ ਵੀ ਉੱਪਰ ਹੈ, ਹਿਊਮਨ ਟ੍ਰੈਫਿਕਿੰਗ ਹੋ ਰਹੀ ਆ। ਅਤੇ ਆਪਾਂ ਹੁਣ ਜਿੱਦਾਂ ਆਵਾਜ਼ੇ ਕੌਮ ਟੀ ਵੀ ਰਾਹੀਂ, ਹਾਂਜੀ, ਅਸੀਂ ਚਾਹਵਾਂਗੇ ਜਿੱਥੇ ਵੀ ਤੁਹਾਡੇ ਪ੍ਰੋਗਰਾਮ ਹੁੰਦੇ ਵੀ ਅਸੀਂ ਜ਼ਰੂਰ ਲਾਈਵ ਕਰਿਆ ਕਰੀਏ, ਅਤੇ ਤੁਸੀਂ ਕੀ ਸੁਨੇਹਾ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਅਸੀਂ ਆਮ ਅਸੀਂ ਕਹਿੰਦੇ ਹੁੰਦੇ ਹਾਂ ਵੀ ਜਾਗੋ, ਸਿੱਖੋ ਜਾਗੋ, ਕਿਉਂਕਿ ਜੇ ਆਪਾਂ ਜਾਗਾਂਗੇ ਆਪਾਂ ਨੂੰ ਪਤਾ ਲੱਗੂਗਾ ਕਿਹੜੀ ਪ੍ਰੋਬਲਮ ਆ, ਜੇ ਪ੍ਰੋਬਲਮ ਪਤਾ ਲੱਗੂ ਫਿਰ ਹੀ ਆਪਾਂ ਟੈਕਲ ਕਰ ਸਕਦੇ ਹਾਂ।
ਸੋ ਮੇਨ ਚੀਜ਼ ਹੈਗੀ ਆ ਸੁਚੇਤ ਹੋਣਾ ਕਿਸੇ ਵੀ ਚੀਜ਼ ਦੇ ਉੱਤੇ। ਆਹ ਜਿਹੜਾ ਜੇ ਆਪਣੇ ਬੱਚੇ ਆਪਣੇ ਹੱਥੋਂ ਚੱਲ ਗਿਆ ਹੈ ਨਾ, ਅਤੇ ਜੇ ਆਪਾਂ ਬਾਹਰਲੇ ਮੁਲਕਾਂ ਵਿੱਚ ਆਪਾਂ ਇੱਕ ਦੌਲਤ ਕਮਾਉਣ ਆਏ ਸੀ, ਮੈਨੂੰ ਬਜ਼ੁਰਗ ਕਈ ਕਹਿੰਦੇ ਹੁੰਦੇ ਆ ਕਿ ਮੋਹਨ ਸਿੰਘ ਖੂਬ ਦੌਲਤ ਕਮਾਈ, ਪਰ ਅਸਲੀ ਦੌਲਤ ਗਵਾ ਕੇ ਲੈ ਗਏ। ਜ਼ਮੀਨਾਂ ਬਥੇਰੀਆਂ ਬਣਾ ਲਈਆਂ, ਮਕਾਨ ਬਥੇਰੇ ਵੱਡੇ ਵੱਡੇ ਲੈ ਲਏ, ਅਸਲੀ ਦੌਲਤ ਜਿਹੜੀ ਗਵਾ ਕੇ ਬਹਿ ਗਏ ਆ। ਹੁਣ ਇਹੀ ਤੁਸੀਂ ਹਾਲ ਗੁਰਦੁਆਰਿਆਂ ਵਿੱਚ ਵੀ ਦੇਖ ਲਓ, ਇਹ ਪੰਜ ਪੰਜ ਛੇ ਛੇ ਸੱਤ ਸੱਤ ਸਾਲ ਦੇ ਨਿਆਣੇ ਹੋਣਗੇ ਆਪਣੀ ਮਾਵਾਂ ਦੇ ਨਾਲ, ਉਹ ਜਿਹੜਾ ਮਿਡਲ ਤਬਕਾ ਉਹ ਨਹੀਂ ਦਿਸਦਾ, 10 ਤੋਂ 16, 17, 18 ਸਾਲ ਤੱਕ ਉਹ ਆਉਂਦਾ ਹੀ ਨਹੀਂ। ਇੱਕ ਡਿਸੋਸੀਏਸ਼ਨ ਹੋਈ ਆ ਸਾਡੀ ਕੌਮ ਇਹਦੇ ਬਾਰੇ ਕੀ ਕਰ ਰਹੀ ਆ। ਹਰ ਬੰਦੇ ਨੂੰ ਸੋਚਣਾ ਪਊਗਾ, ਹਰ ਬੰਦੇ ਨੂੰ ਸੋਚਣਾ ਪੈਣਾ ਦੈਟ ਇਹ ਸਮਾਂ ਉਹ ਆ। ਮੈਂ ਤਾਂ ਕਦੀ ਕਦੀ ਕਹਿੰਦਾ ਹੁੰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਸੀ ਹੈ ਨਾ, ਉਦੋਂ ਦੱਸਦੇ ਹੁੰਦੇ ਆ ਜਦੋਂ ਸੈਂਸਸ ਹੋਈ ਆ ਆਪਣੇ ਗੋਰਿਆਂ ਨੇ ਕੀਤੀ ਆ, ਅਤੇ ਉਦੋਂ 15 ਲੱਖ ਸੀਗਾ ਆਪਣਾ ਸਿੱਖ, ਅਤੇ 50 ਸਾਲਾਂ ਦੇ ਵਿੱਚ ਉਹਨਾਂ ਨੇ ਫਿਰ ਸੈਂਸਸ ਕੀਤੀ ਅਤੇ 7.5 ਲੱਖ ਰਹਿ ਗਿਆ ਸੀ, 15, ਸੋ ਅੱਧੀ ਕੌਮ ਖਤਮ। ਉਸ ਵੇਲੇ ਸਿੰਘ ਸਾਹਿਬਾ ਮੂਵਮੈਂਟ, ਉਸ ਵੇਲੇ ਆਪਣੇ ਮਹਾਂਪੁਰਸ਼, ਉਸ ਵੇਲੇ ਸੰਤ ਬਾਬਾ ਤਰ ਸਿੰਘ, ਜਦੋਂ ਇਹ ਹਿੱਲੇ ਤਾਂ ਕੌਮ ਨੂੰ ਮੁੜ ਕੇ ਜਗਾਇਆ, ਪੈਰਾਂ 'ਤੇ ਖੜ੍ਹਾ ਕੀਤਾ। ਉਹ ਹਾਲ ਮੈਨੂੰ ਹੁਣ ਦਿਸਦਾ, ਦਿਸ ਰਿਹਾ ਹੈਗਾ। ਸੋ ਆਪਾਂ ਨੂੰ ਹਰ ਬੰਦੇ ਨੂੰ ਇੱਕ ਪ੍ਰਚਾਰਕ ਬਣਨ ਦੀ ਲੋੜ ਆ। ਹਰ ਬੰਦੇ ਨੂੰ ਇਸ ਜਿਹੜੀ ਜਿੱਥੋਂ ਵੀ ਕੋਈ ਸਿੱਖੀ ਨੂੰ ਆਪਣੀ ਕੋਈ ਢਾਲ ਆ ਰਿਹਾ ਹੈ ਨਾ, ਉਹਨੂੰ ਇੱਕ ਢਾਲ ਬਣ ਕੇ ਖੜ੍ਹੇ ਹੋ ਜਾਈਏ ਕਿ ਆਪਾਂ ਉਸ ਚੀਜ਼ 'ਤੇ ਅਵੇਅਰਨੈਸ ਦੇਣੀ। ਹੁਣ ਹਰੇਕ ਸਬਜੈਕਟ 'ਤੇ ਅਸੀਂ ਬੋਲ ਸਕਦੇ ਹਾਂ, ਠੀਕ ਹੈ, ਕਿਉਂਕਿ ਮਹਾਰਾਜ ਦੀ ਕਿਰਪਾ, ਮਹਾਰਾਜ ਨੇ ਸੰਥਿਆ ਵੀ ਲਈ ਸਾਰਾ ਕੁਛ ਕੀਤਾ, ਪਰ ਅਸੀਂ 21 ਸਾਲ ਹੋ ਗਏ ਇਸ ਸਬਜੈਕਟ ਦੇ ਉੱਤੇ ਗੱਲ ਕਰਦੇ ਹਾਂ। ਹੁਣ ਹਾਊਸ ਆਫ ਕਾਮਨਸ ਦੇ ਵਿੱਚ ਮਹੀਨੇ ਬਾਅਦ ਮੀਟਿੰਗ ਹੁੰਦੀ ਆ, ਹੁਣ ਅਰਾਊਂਡ ਦ ਕੰਟਰੀ ਪੁਲਿਸ ਫੋਰਸਾਂ ਦੇ ਨਾਲ ਮੀਟਿੰਗ ਹੁੰਦੀ ਮਹਾਰਾਜ ਦੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਜਦੋਂ ਇਹਨਾਂ ਦੇ ਮੇਨ ਟੌਨਾਂ ਵਿੱਚ ਆਕਸਫੋਰਡ ਦੇ ਵਿੱਚ 350 ਬੱਚੀ ਦੇ ਨਾਲ ਹੋਇਆ ਸੀ, ਜਦੋਂ ਇਹਨਾਂ ਦੇ ਕਿੱਡਾ ਸੋਹਣਾ ਸ਼ਹਿਰ ਆ, ਕਿੱਡੀ ਸੋਹਣੀ ਯੂਨੀਵਰਸਿਟੀ ਆ, ਦੁਨੀਆਂ ਦੇ ਵਿੱਚ ਨਾਂ ਆ, ਉਹਨਾਂ ਟੌਨਾਂ ਵਿੱਚ ਹੋ ਰਿਹਾ ਇਹ। ਹੁਣ ਇਹਨਾਂ ਨੂੰ ਅਕਲ ਆਈ ਹੈ, ਪਰ ਅਕਲ 40 ਸਾਲ ਬਾਅਦ ਆਈ ਹੈ। ਚਲੋ ਫਿਰ ਵੀ ਠੀਕ ਹੈ, ਦੇਰ ਆਏ ਦਰੁਸਤ ਆਏ, ਬਸ। ਅਤੇ ਬਹੁਤ ਬਹੁਤ ਮੋਹਨ ਸਿੰਘ ਜੀ ਧੰਨਵਾਦ, ਤੁਸੀਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।